ਗਰਮੀ 'ਚ ਤਾਂ ਕੰਮ ਕਰਕੇ ਨਾ ਥੱਕ ਹੋ ਜਾਂਦਾ, ਪਾਣੀ ਪੀਂਦੀ ਹਾਂ। ਇੱਕ ਤਾਂ ਵੈਸੇ ਪਿਆਸ ਨਹੀਂ ਬੁੱਝਦੀ, ਉੱਤੋਂ ਪਾਣੀ ਵੀ ਠੰਡਾ ਨਹੀਂ ਹੈ। ਐਂ ਤਾਂ ਨਹੀਂ ਸਰਨਾ, ਐਂ ਕਰਦੀ ਹਾਂ ਫੋਨ ਕਰਕੇ ਬੁਲਾ ਹੀ ਲੈਂਦੀ ਹਾਂ, ਪਹਿਲਾਂ ਤਾਂ ਅੱਜ ਫਰਿੱਜ ਦਾ ਹੀ ਮਸਲਾ ਹੱਲ ਕਰਦੀ ਹਾਂ। ਫਾਲਤੂ ਦਾ ਹੀ ਖਰਚਾ, ਪਰ ਕੀ ਕਰਾਂ ਇੰਨੀ ਗਰਮੀ 'ਚ ਸਰਨਾ ਵੀ ਨਹੀਂ। ਭਾਅ ਜੀ ਨੇ ਦਿੱਤਾ ਤਾਂ ਸੀ ਨੰਬਰ ਕੀ ਸੀ। ਹਾਂ ਹੈਲੋ, ਹਾਂਜੀ ਹਾਂਜੀ, ਫਰਿੱਜ ਦੀ ਸ਼ਿਕਾਇਤ ਕਰਨੀ ਸੀ। ਹਾਂਜੀ ਤੁਸੀਂ ਆਪਣਾ ਪਤਾ ਭੇਜ ਦਿਓ। ਠੀਕ ਹੈ ਜੀ, ਹਾਂਜੀ ਮੈਂ ਤੁਹਾਨੂੰ ਐਡਰੈਸ ਭੇਜ ਦਿੰਦੀ ਹਾਂ। ਹਾਂਜੀ ਗਲੀ ਚ ਘਰ ਦੱਸਿਆ ਸੀ ਨਾ, ਆਹੀ ਘਰ ਦੱਸਿਆ, ਆਹੀ ਆ ਚਿੱਟੀ ਟੈਂਕੀ ਵਾਲਾ। ਚੱਲ ਕੋਈ ਨਾ, ਗੇਟ ਗਰਮੀ ਜਰ ਫੋਨ ਵਾਲੇ ਨੇ ਤਪਾ ਲਏ। ਹੈਲੋ, ਹਾਂਜੀ ਹਾਂਜੀ ਹਾਂਜੀ, ਰਸੋਈ ਦਾ ਤਾਂ ਕੰਮ ਨਿਬੜ ਗਿਆ, ਕੱਪੜੇ ਦੇਖ ਲਓ। ਹਾਂ ਗਰਮੀਆਂ 'ਚ ਤਾਂ ਝੱਟ ਹੀ ਸੁੱਕ ਜਾਂਦੇ ਕੱਪੜੇ। ਇਸ ਟਾਈਮ ਕੌਣ ਆ ਗਿਆ? ਹਾਂਜੀ ਉਹ ਮੈਂ। ਕਿੱਧਰ ਉਲਝ ਰਿਹਾ ਹੋਏ ਵੀਰੇ, ਤੁਸੀਂ ਫੋਨ ਕਰਿਆ ਸੀ ਫਰਿੱਜ ਬਾਰੇ? ਹਾਂਜੀ ਹਾਂਜੀ ਮੈਂ ਕੀਤਾ ਸੀ ਫੋਨ। ਆਜੋ ਲੰਘਾ ਆਜੋ। ਤੇ ਕੀ ਦਿੱਕਤ ਹੈ ਵੀਰੇ ਫਰਿੱਜ 'ਚ? ਇਹ ਤਾਂ ਤੁਸੀਂ ਦੇਖ ਕੇ ਦੱਸੋਗੇ, ਪਤਾ ਨਹੀਂ 3-4 ਦਿਨ ਹੋ ਗਏ ਕੂਲਿੰਗ ਨਹੀਂ ਹੋ ਰਹੀ, ਪਾਣੀ ਠੰਡਾ ਨਹੀਂ ਹੋ ਰਿਹਾ, ਕੋਈ ਚੀਜ਼ ਵੀ ਅੰਦਰ ਰੱਖਦੀ ਆ ਫਰਿੱਜ ਦੇ ਤੇ ਖਰਾਬ ਹੋ ਜਾਂਦੀ ਹੈ। ਕੋਈ ਨਾ ਵੀਰੇ ਚੈੱਕ ਕਰ ਲੈਂਦੇ ਆ। ਹਾਂਜੀ ਇੱਕ ਵਾਰ ਦੇਖ ਦਿਓ ਅੰਦਰ ਹੀ ਹੈ। ਗੈਸ ਦੀ ਘਾਟ ਆ, ਚੌਕ ਹੋ ਰਿਹਾ ਪਾ ਲਈ ਫਿਰ। ਓਏ ਹਾਂ ਤੇਰਾ ਧਿਆਨ ਕਿੱਥੇ ਤੇਰਾ? ਉਹ ਕਿਤੇ ਨਿਊਰੀ ਰੱਖਣੇ ਆ ਤੇਰੇ ਲਵੇ। ਗੈਸ ਪਊਗੀ ਚ? ਗੈਸ ਪਊਗੀ? ਹਾਂ ਗੈਸ ਤਾਂ ਪਾਉਣੀ ਹੀ ਪਊਗੀ। ਚੱਲ ਮੈਂ ਕਰਕੇ ਆਉਣਾ ਵਾ। ਉਹ ਮੈਂ ਕਰਕੇ ਆਉਣਾ ਗੱਲ ਅਸੀਂ, ਉਹ ਤੂੰ ਰਹਿਣ ਦੇਖ ਬੈਠਾ। ਮੈਂ ਪੁੱਛ ਆਊਂਗਾ ਕੋਈ ਨਾ। ਤੇ ਵੀਰੇ ਚੈੱਕ ਕਰ ਲਿਆ ਫਰਿੱਜ, ਇਹ 'ਚ ਆਪਾਂ ਨੂੰ ਗੈਸ ਭਰਨੀ ਪਊਗੀ। ਅੱਛਾ ਤੇ ਫਿਰ ਭਰ ਦੋ, ਗੈਸ ਭਰਨ ਤੋਂ ਬਾਅਦ ਤਾਂ ਕੂਲਿੰਗ ਕਰੂਗਾ। ਹਾਂ ਵੀਰੇ ਜਮਾ ਓਕੇ ਹੋ ਜਾਊਗਾ, ਉਹ ਦਿੱਕਤ ਨਹੀਂ ਉਹਦੋਂ ਬਾਅਦ। ਹਾਂਜੀ ਫਿਰ ਕਰ ਦੋ। ਮੈਂ ਕਰ ਦਿੰਦੇ ਵੀਰੇ, 20 ਮਿੰਟਾਂ ਦਾ ਕੰਮ ਆ ਗਿਆ। ਹਾਂਜੀ ਹਾਂਜੀ ਤੇ ਸੈਂਟਰੀ ਸਮਾਨ ਕੱਢ ਦੋ, ਕਹਿੰਦੇ ਗੈਸ ਪਾ ਦੋ। ਉਹ ਪਾ ਦਾਂਗੇ ਯਾਰ, ਤੈਨੂੰ ਕਿੰਨੀ ਕਾਲੀ ਹੋਈ ਆ। ਓਏ ਯਾਰ ਤੂੰ ਸਮਾਨ ਕੱਢ, ਕੀ ਹੋ ਰਿਹਾ ਤੈਨੂੰ ਯਾਰ? ਉਹ ਕੁਛ ਨਹੀਂ ਹੋਇਆ ਮੈਨੂੰ,
ਯਾਰ ਸੱਤੂ ਤੈਨੂੰ ਗੱਲ ਦੱਸਾਂ ਯਾਰ, ਜਦੋਂ ਦਾ ਕੁੜੀ ਨੂੰ ਦੇਖਿਆ ਯਾਰ, ਪਤਾ ਨਹੀਂ ਯਾਰ ਮੈਨੂੰ ਕੀ ਹੋ ਗਿਆ, ਜੀ ਕਰਦਾ ਉਹਨੂੰ ਦੇਖੀ ਜਾਵਾਂਗੇ। ਸਵੇਰੇ ਗੈਸ ਪਾ ਲਿਆ ਯਾਰ ਤੂੰ, ਬਹਾਨਾ ਲਾ ਰਹੀ ਇਸ ਬਹਾਨੇ ਕੱਲ ਨੂੰ ਗੇੜਾ ਬਾਜੂ ਯਾਰ, ਦਰਸ਼ਨ ਹੋ ਜਾਣਗੇ ਇਹਦੇ, ਕੱਲ ਨੂੰ ਫਿਰ ਆਏਗਾ ਤੂੰ ਦੁਬਾਰੇ, ਕੋਈ ਆ ਜਾਂਗੇ ਯਾਰ, ਚੱਲ ਚੱਲੀ ਤੂੰ ਮਿੰਟਾਂ ਸਮਾਨ ਕੱਢ ਚੱਲ ਕੀ ਗੱਲ ਹੋ ਗਈ, ਤੁਸੀਂ ਇੰਨੀ ਜਲਦੀ ਕਿਉਂ ਆ ਗਏ? ਉਹ ਗੱਲ ਅਕਸਰ ਏਦਾਂ ਜੀ, ਅੱਜ ਤੁਹਾਡੇ ਫ੍ਰਿਜ ਦੀ ਗੈਸ ਨਹੀਂ ਭਰੀ ਜਾਣੀ। ਕਿਉਂ, ਤੁਸੀਂ ਤਾਂ ਕਹਿ ਰਹੇ ਸੀ ਹੁਣੇ 20 ਮਿੰਟ 'ਚ ਹੋ ਜਾਊਗਾ। ਉਹ ਵੀਰੇ ਇੱਕ ਦੋ ਸਮਾਨ ਦੁਕਾਨ 'ਤੇ ਰਹਿ ਗਏ, ਸੁਬਾਹ ਭਰ ਜਾਵਾਂਗੇ ਅਸੀਂ ਨਾ ਕੋਈ। ਅਸੀਂ ਕੱਲ੍ਹ ਨੂੰ ਆ ਕੇ ਭਰ ਜਾਵਾਂਗੇ, ਅੱਜ ਸਾਡੇ ਕੋਲ ਸਮਾਨ ਨਹੀਂ ਹੈਗਾ। ਜਿੱਥੇ ਇੰਨੀ ਵੇਟ ਕੀਤੀ ਇੱਕ ਦਿਨ ਹੋਰ ਸਹੀ, ਪਰ ਕੱਲ੍ਹ ਨੂੰ ਜ਼ਰੂਰ ਆ ਜਿਓ, ਕਿਉਂਕਿ ਫ੍ਰਿਜ ਬਿਨਾਂ ਬੜਾ ਔਖਾ ਹੋਇਆ ਪਿਆ। ਸਵੇਰੇ ਸਵੇਰੇ ਆ ਜਾਵਾਂਗੇ, ਸਵੇਰੇ ਨਾ ਕੋਈ ਕਰਦੇ ਹਾਂ। ਹਾਂਜੀ, ਮੈਂ ਤਾਂ ਤੁਹਾਨੂੰ ਵੀ ਪਾਣੀ ਨਹੀਂ ਪੁੱਛ ਸਕੀ, ਤੁਹਾਨੂੰ ਸਾਦਾ ਪਾਣੀ ਪਿਲਾ ਦਾਂ। ਚੱਲ ਜੀ, ਜਾਣਦਾ ਮੈਂ ਤੈਨੂੰ ਕਿਹੜਾ ਪਾਣੀ ਭਾਲਦਾ, ਤੂੰ ਆਏਗਾ ਤੂੰ ਮੇਰੀ ਜੁੱਤੀਆਂ ਨਾਲ ਆਪ ਖਾਏਗਾ। ਉਹ ਨਹੀਂ ਯਾਰ, ਚੱਲ ਤੂੰ ਮਿੰਟ ਮਾਰ ਪਾਣੀ 'ਚ ਪੀ ਕੇ ਤੁਰਦਾ ਲੱਗ। ਕੋਈ ਨਾ, ਪਾਣੀ ਦੀ ਘੁੱਟ ਤਾਂ ਪੀ ਲਈ ਹੋਣਾ। ਸੋਰੀ, ਅੱਜ ਫਿਰ ਠੰਡਾ ਪਾਣੀ ਨਹੀਂ ਦੇ ਸਕੀ ਮੈਂ। ਨਾ ਨਾ ਕੋਈ ਗੱਲ ਨਹੀਂ, ਕੱਲ੍ਹ ਟਾਈਮ ਨਾਲ ਆ ਜਾਓ। ਕੋਈ ਨਹੀਂ ਕੋਈ ਨਹੀਂ, ਕੱਲ੍ਹ ਪੱਕਾ। ਤੁਸੀਂ ਹਾਲੇ ਤੱਕ ਉੱਠੇ ਨੀ, ਭੁੱਲ ਗਏ? ਮੇਰਾ ਫ੍ਰਿਜ ਠੀਕ ਕਰਨਾ ਸੀ। ਤੁਸੀਂ? ਹਾਂਜੀ ਮੈਂ। ਇੱਥੇ ਕਿਵੇਂ? ਬਸ ਤੁਹਾਨੂੰ ਯਾਦ ਕਰਾਉਣ ਆਈ ਸੀ ਕਿ ਤੁਸੀਂ ਮੇਰਾ ਅੱਜ ਫ੍ਰਿਜ ਠੀਕ ਕਰਨਾ ਹੈ, ਘਰੇ ਟਾਈਮ ਨਾਲ ਆ ਜਾਇਓ। ਲੋ ਚਾਹ ਪੀਓ। ਜੀ ਸਰ, ਮੇਰੇ ਘਰ ਦਾ ਪਤਾ ਕਿਵੇਂ ਲੱਗਿਆ ਤੁਹਾਨੂੰ? ਬਸ ਐਂ ਪੁੱਛਦੇ ਪੁੱਛਾਂਦੇ ਆ ਗਈ। ਸੈਂਟੀ ਸਿਆਂ, ਉਹ ਹੁਣ ਤਾਂ ਕੁੜੀ ਤੇਰੇ ਸੁਪਨਿਆਂ 'ਚ ਆਉਣ ਲੱਗ ਗਈ, ਬਸ ਜ਼ਿੰਦਗੀ 'ਚ ਲਿਆਉਣੀ ਬਾਕੀ ਆ। ਅਤੇ ਚੱਲ ਸੱਤੂ ਨੂੰ ਕਰਦਾ ਫੋਨ। ਰਾਤ ਨੂੰ ਕੁਛ ਨਹੀਂ ਹੁੰਦਾ, ਤੂੰ ਤਿਆਰ ਹੋ, ਆਪਾਂ ਨੇ ਕੰਮ ਕਰਨ ਜਾਣਾ। ਉਹ ਆਪਾਂ ਨੇ ਹੋਰ ਕਿਹਦਾ ਕਰਨਾ, ਉਹ ਤੇਰੀ ਭਰਜਾਈ ਦਾ ਫ੍ਰਿਜ ਲੋਡ ਕਰਕੇ ਆਉਣਾ ਯਾਰ, ਉਹ ਇਕੱਲੀ ਵਿਚਾਰੀ ਉੱਥੇ ਤੰਗ ਹੋਣ ਲੱਗ ਰਹੀ ਹੁਣ।
ਉਹ ਯਾਰ ਕੁਛ ਨਹੀਂ ਹੁੰਦਾ ਯਾਰ, ਚੱਲ ਆਪਾਂ ਚੱਲਦੇ ਹਾਂ। ਉਹ ਕੋਈ ਨਾ ਸਿਰ ਵੀ ਪਾੜ ਦੀ, ਨਾਲੇ ਸਿਰ ਪਾੜ ਤੋਂ ਪਹਿਲਾਂ ਤੈਨੂੰ ਮੰਜੇ 'ਤੇ ਉੱਠਣਾ ਪਊਗਾ। ਚੱਲ ਉੱਠ। ਉਹ ਸਾਲਾ ਸਾਬਰ ਤਾਂ ਨਹੀਂ ਹੋ ਰਿਹਾ, ਚੱਲ ਕੁਛ ਨਹੀਂ ਹੁੰਦਾ, ਮੈਂ ਤੇਰੇ ਕੋਲ ਆਉਣਾ, ਆਪਾਂ ਚੱਲ ਲਈ। ਉਹ ਚੱਲ ਠੀਕ ਆ ਓਏ। ਤੈਨੂੰ ਕੇਲੇ ਨੀ ਪਈ ਆ, ਤੂੰ ਮੇਰੀ ਗੱਲ ਸੁਣ। ਆਪਾਂ ਤੂੰ ਕੱਲ ਵੀ ਆਈ ਜੀ, ਦੇਖ ਲੈ ਅੱਜ ਵੀ ਆਇਆ, ਸਾਲਾ ਇਹਨਾਂ ਦੇ ਘਰੇ ਕੋਈ ਦਿਖਦੇ ਨੀ, ਇਹ ਰਹਿੰਦੇ ਕਿੱਥੇ ਨੇ ਬਾਈ? ਉਹ ਯਾਰ ਤਾਇਆਂ ਤੋਂ ਕੀ ਲੈਣਾ ਹੈਗਾ, ਜੇ ਅਗਲੇ ਇਕੱਲੇ ਆ, ਜੇ ਦੋ ਜਾਣੇ, ਜੇ 10 ਜਾਣੇ ਨੇ, ਤੂੰ ਆਪਣੇ ਕੰਮ ਤੱਕ ਮਤਲਬ ਰੱਖ। ਉਹ ਯਾਰ ਤੂੰ ਉਹ ਗੱਲ ਨਹੀਂ ਜਿਹੜੀ ਮੈਂ ਗੱਲ ਕਹਿਣਾ, ਤੂੰ ਤਾਂ ਸਮਝ ਨਹੀਂ ਰਿਹਾ, ਨਾਲੇ ਤੂੰ ਆਪੇ ਸੋਚ ਰਿਹਾ, ਐਡੇ ਘਰ 'ਚ ਯਾਰ ਇਕੱਲੀ ਜਿਵੇਂ ਰਹਿੰਦੀ ਆ ਯਾਰ, ਕੋਈ ਤਾਂ ਗੱਲਬਾਤ ਹੋਊਗੀ, ਫਿਰ ਵੀ ਆਪਣਾ ਫਰਜ਼ ਬਣਦਾ ਯਾਰ, ਇੱਕ ਵਾਰੀ ਗੱਲ ਤਾਂ ਕਰੀਏ। ਫਿਰ ਜਾ ਕੇ ਪੁੱਛ ਲੈ ਯਾਰ, ਮੈਨੂੰ ਕੀ ਪੁੱਛਦਾ ਹੈਗਾ, ਫਿਰ ਪੁੱਛ ਲੈਣੇ ਆ, ਆਹ ਕੰਮ ਤਾਂ ਕਰ ਪਹਿਲਾਂ। ਲੋ ਜੀ ਮੈਡਮ ਜੀ, ਫਰਿੱਜ ਹੋ ਗਈ ਆਪਣਾ ਠੀਕ ਹੋ ਗਿਆ? ਬਿਲਕੁਲ ਹਾਂ, ਬਿਲਕੁਲ ਓਕੇ। ਅੱਛਾ, ਇਹ ਚੈੱਕ ਕਰ ਲੈ ਇੱਕ ਵਾਰ ਤੁਸੀਂ। ਨਹੀਂ ਨਹੀਂ, ਚੈੱਕ ਤਾਂ ਕੀ ਕਰਨਾ, ਤਸੱਲੀ ਤੁਹਾਡੀ ਹੋ ਗਈ ਹੈ ਨਾ, ਅਗਰ ਕੋਈ ਪ੍ਰੋਬਲਮ ਹੋਈ ਤਾਂ ਮੈਂ ਫੋਨ ਕਰ ਦਾਂਗੀ। ਹਾਂ ਜੀ, ਤੁਹਾਡੇ ਕੋਲ ਨੰਬਰ ਹੈਗਾ ਮੇਰਾ? ਹਾਂਜੀ ਹਾਂਜੀ, ਤੁਸੀਂ ਇਹ ਦੱਸੋ ਪੈਸੇ ਕਿੰਨੇ ਹੋਏ ਆ? ਇੱਕ ਤਾਂ ਪੈ ਗਿਆ ਸੀ ਜੀ, ਇੱਕ ਆ ਜੀ ਉਹ ਪੈ ਗਿਆ ਲੈ ਸੈਟ, ਕੁੱਲ 1300 ਰੁਪਏ ਹੋ ਗਏ ਜੀ। 1300 ਰੁਪਏ? 1300 ਤਾਂ ਬਹੁਤ ਜ਼ਿਆਦਾ ਨੇ। ਨਹੀਂ ਜੀ ਜ਼ਿਆਦਾ ਨਹੀਂ ਹੈਗੇ, 800 ਰੁਪਏ ਕੈਸ਼ ਦਾ ਜੀ, 400 ਤੋਂ ਪੈ ਗਿਆ ਲੈ ਸੈਟ ਜੀ, 100 ਰੁਪਏ ਦਾ ਤੇਲ ਖਰਚਾ ਜੀ। ਚਲੋ ਕੋਈ ਨਾ ਜੀ, ਤੁਸੀਂ ਘੱਟ ਦੇ ਦਿਓ, 3000 ਰੁਪਏ ਦੇ ਦਿਓ ਜੀ। ਹਜ਼ਾਰ ਠੀਕ ਹੈ, ਮੈਂ ਪੈਸੇ ਲੈ ਕੇ ਆਉਂਦੀ ਹਾਂ, ਬੈਠੋ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਰਜਾ ਚਾਹ ਵੀ ਲਾ ਲਈ? ਕਿਉਂ ਤੂੰ ਦੁਕਾਨ ਬੰਦ ਕਰਾਏਗਾ? ਉਹ ਚਾਹ ਹੀ ਕੁੜਤਾ ਮਿਲ ਜੀ, ਚਾਹ ਦਾ ਜਾ ਜਾ। ਗੱਲ ਦੱਸ ਬਈ, 300 ਰੁਪਏ ਲੈਸ ਕਰਤਾ ਤੈਂ? ਉਹ ਫਿਰ ਕੀ ਹੁੰਦਾ ਯਾਰ, ਤੂੰ ਮੇਰੇ ਵਾਲੇ ਚੋਂ ਕੱਟ ਲਈ। ਤੂੰ ਆ ਗਿਆ ਵੱਡਾ ਟਾਟਾ ਬਿਰਲਾ, ਤੂੰ ਕਰਾਏਗਾ ਦੁਕਾਨ ਬੰਦ? ਉਹ ਕੁਛ ਨਹੀਂ ਹੁੰਦਾ ਯਾਰ, ਮਾੜਾ ਮੋਟਾ ਦੇਖੇ ਵੀ ਕਰਦੇ ਨੇ, ਨਾਲੇ ਚੁੱਪ ਕਰ। ਤੇ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਹਾਂਜੀ। ਤੇ ਤੁਹਾਡੇ ਘਰ ਵਿੱਚ ਕੋਈ ਦਿਸਦਾ ਨਹੀਂ, ਜੋਬ ਜੁਬ ਕਰਦੇ ਨੇ? ਮੈਂ ਇਸ ਘਰ 'ਚ ਇਕੱਲੀ ਰਹਿੰਦੀ ਹਾਂ। 1 ਸਾਲ ਪਹਿਲਾਂ ਮੇਰੇ ਹਸਬੈਂਡ ਦੀ ਡੈਥ ਹੋ ਗਈ। ਕੀ ਤੁਸੀਂ ਮੈਰਿਡ ਹੋ? ਹਾਂਜੀ, ਮੈਂ 2 ਸਾਲ ਤੋਂ ਮੈਰਿਡ ਹਾਂ।
ਸੈਂਟੀ ਓ ਸੈਂਟੀ ਕਿੱਧਰੇ ਗਵਾਚ ਰਿਹਾ ਹੋਏ ਤੂੰ ਆ ਕੇ ਸਮਾਨ ਪੈਕ ਕਰ ਲਿਆ ਯਾਰ ਜਾਣਾ ਆਪਾਂ ਨੇ ਇਹਦਾ ਹੋ ਗਿਆ ਫਰਿੱਜ ਉਹ ਬਾਈ ਸੁਣਿਆ ਨਹੀਂ ਮੈਨੂੰ ਯਾਰ ਕਿੱਧਰ ਖੋ ਰਿਹਾ ਤੂੰ ਮੈਨੂੰ ਲੱਗਦਾ ਗੁੱਡੀ ਦੇ ਖੇਲੇ ਹੋ ਖੋ ਰਿਹਾ ਨਾ ਤੂੰ ਉਹ ਨਾ ਨਾ ਬਾਈ ਕਿਤੇ ਨਹੀਂ ਉਹ ਰਹੀਆਂ ਸਹੀ ਸਹੀ ਦੱਸ ਤੂੰ ਕਿੱਥੇ ਕੀ ਚੱਕਰ ਆ ਜਸ ਸਰ ਤੂੰ ਜਿੱਦੇ ਦਾ ਉਹਨੂੰ ਦੇਖਿਆ ਹੋਏ ਮੇਰੇ ਤਾਂ ਦਿਨ ਰਾਤ ਖਿਆਲਾਂ 'ਚ ਰਹਿੰਦੀ ਆ ਨਾ ਭੁੱਖ ਲੱਗਦੀ ਹੈ ਯਾਰ ਨਾ ਹੀ ਨੀਂਦ ਆਉਂਦੀ ਆ ਦਿਨ ਰਾਤ ਯਾਰ ਉਸੇ ਬਾਰੇ ਸੋਚਦਾ ਰਹਿੰਦਾ ਓਏ ਪਾਗਲ ਆ ਉਹ ਇੱਕ ਵਿਧਵਾ ਤੂੰ ਭੁੱਲ ਜਾ ਉਹ ਯਾਰ ਵਿਧਵਾ ਤਾਂ ਮੈਨੂੰ ਵੀ ਪਤਾ ਪਰ ਇਹਦੇ ਵਿੱਚ ਉਹਦਾ ਕੀ ਕਸੂਰ ਆ ਯਾਰ ਉਹਦੇ ਵਿੱਚ ਉਹਦਾ ਕਸੂਰ ਨਹੀਂ ਤੇਰਾ ਕਸੂਰ ਆ ਜਿਹਦੇ ਵਿੱਚ ਤੂੰ ਪਾਗਲ ਹੋ ਰਿਹਾ ਯਾਰ ਮੈਂ ਕੰਮ ਕਰਨੇ ਧਿਆਨ ਦੇ ਵਾਲਾ ਦੇਖ ਬਾਈ ਸੱਤੂ ਚੱਲ ਜੇ ਉਹ ਵਿਧਵਾ ਇਹਦੇ ਵਿੱਚ ਉਹਦਾ ਤਾਂ ਕੋਈ ਕਸੂਰ ਨਹੀਂ ਨਾਲੇ ਤੂੰ ਆਪੇ ਸੋਚ ਆ ਉਹਨੂੰ ਕੀ ਹੱਕ ਨਹੀਂ ਯਾਰ ਦੁਬਾਰੇ ਵਿਆਹ ਕਰਾਉਣ ਦਾ ਤੂੰ ਆਪਦੇ ਦੇ ਗੱਲ ਲਾ ਜੇ ਕੱਲ੍ਹ ਨੂੰ ਆਪਣੀ ਭੈਣ ਜਾਂ ਧੀ ਨਾਲ ਹੋਵੇ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਯਾਰ ਵਿਧਵਾ ਨੂੰ ਵੀ ਅਧਿਕਾਰ ਆ ਯਾਰ ਦੁਬਾਰੇ ਆਪਦਾ ਘਰ ਵਸਾਉਣ ਨੂੰ ਕਿਹਦਾ ਨਹੀਂ ਜੀ ਕਰਦਾ ਉਹ ਬਾਈ ਯਾਰ ਮੈਂ ਯਾਰ ਪੂਰਾ ਜ਼ੋਰ ਲਾਊਂਗਾ ਜਿੱਥੇ ਤੱਕ ਹੋ ਸਕਿਆ ਦੇਖ ਬਾਈ ਸੱਤੂ ਜੇ ਆਪਾਂ ਕਿਸੇ ਇਨਸਾਨ ਬਾਰੇ ਚੰਗਾ ਸੋਚਾਂਗੇ ਯਾਰ ਤਾਂ ਹੀ ਆਪਣੇ ਨਾਲ ਚੰਗਾ ਹੋਊਗਾ ਬਾਹਰ ਅੰਦਰ ਜਾਂਦੀ ਹੈ ਇਕੱਲੀ ਆ ਇਕੱਲੇ ਬੰਦੇ ਦਾ ਮਨ ਬਹੁਤ ਔਖਾ ਹੁੰਦਾ ਯਾਰ ਸਹੀ ਗੱਲ ਸੈਂਟੀ ਨਾ ਯਾਰ ਉਹਦਾ ਵੀ ਹੱਕ ਆ ਬਾਰੇ ਘਰ ਵਸਾਉਣ ਦਾ ਕੀ ਪਤਾ ਵਿਚਾਰੀ ਕਿਹੜੇ ਰਾਤਾਂ ਰਹਿ ਰਹੀ ਇਕੱਲੀ ਆਪਾਂ ਜਾ ਕੇ ਆਪਦੀ ਜਲਦੀਆਂ ਮਰੀ ਜਾਂਦੇ ਹਾਂ ਵੀ ਇੱਕ ਵਿਧਵਾ ਵਿਧਵਾ ਉਹਦੀ ਵੀ ਸੌ ਮਜ਼ਬੂਰੀ ਆ ਚੱਲ ਦੇਖ ਲੈ ਯਾਰ ਜੇ ਤੈਨੂੰ ਸਪੋਰਟ ਸਹੀ ਲੱਗਦੇ ਆ ਤੇ ਤਰ੍ਹਾਂ ਵਿਆਹ ਕਰਾਉਣ ਨੂੰ ਰਾਜੀ ਆ ਤਾਂ ਤੂੰ ਕਰਾ ਲਾ ਬਾਈ ਸੱਤੂ ਅਸਲ ਇਨਸਾਨ ਤਾਂ ਉਹੀ ਹੈ ਯਾਰ ਜਿਹੜਾ ਦੂਜੇ ਇਨਸਾਨ ਦਾ ਦੁੱਖ ਸਮਝੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਤਾਂ ਜਿਹੜਾ ਉਹਦੇ ਬਾਰੇ ਇੰਨਾ ਸੋਚਿਆ ਚੱਲ ਕੋਈ ਨਾ ਉਹਦਾ ਵੀ ਆਪਾਂ ਕਰਦੇ ਚੱਲ ਚੱਲੀਏ ਆਪਾਂ ਚੱਲ ਫਿਰ ਹਾਂਜੀ ਕਿਵੇਂ ਹੋ ਪਛਾਣਿਆ ਹਾਂਜੀ ਹਾਂਜੀ ਤੁਸੀਂ ਉਹੀ ਸੀ ਨਾ ਜੋ ਸਾਡਾ ਫਰਿੱਜ ਠੀਕ ਕਰਨ ਆਏ ਸੀ ਹਾਂਜੀ ਹਾਂ ਇਸ ਵੇਲੇ ਵਧੀਆ ਜੀ ਵਧੀਆ ਕਿੱਧਰ ਚਲੇ ਇਸ ਵੇਲੇ ਮੈਂ ਬਸ ਥੋੜ੍ਹਾ ਸਮਾਨ ਲੈਣ ਗਈ ਸੀ ਬਾਜ਼ਾਰ ਤੋਂ ਹੁਣ ਘਰ ਹੀ ਜਾ ਰਹੀ ਹਾਂ ਚਲੋ ਮੈਂ ਵੀ ਉੱਧਰ ਜਾਣਾ ਤੈਨੂੰ ਛੱਡ ਦੇਣਾ ਜੀ ਨਹੀਂ ਨਹੀਂ ਤੁਸੀਂ ਕਿਉਂ ਤਕਲੀਫ ਕਰੋਗੇ ਮੈਂ ਚਲੀ ਜਾਊਂ ਇਹ ਜੇ ਤਕਲੀਫ ਜੀ ਕੀ ਗੱਲ ਆ ਪਰ ਫਿਰ ਵੀ ਚਲੋ ਕੁਛ ਨਹੀਂ ਹੁੰਦਾ ਬਹਿ ਜਾਓ ਹੈਲੋ ਇੰਨਾ ਸੋਚਣ ਲਓ ਜੀ ਆ ਗਿਆ ਤੁਹਾਡਾ ਘਰ ਹਾਂਜੀ ਆ ਸਮਾਨ ਮੈਨੂੰ ਕਰਾ ਦਿਓ ਨਹੀਂ ਨਹੀਂ ਇਹ ਕਿਹੜਾ ਇੰਨਾ ਭਾਰਾ ਹੈ ਕੁਝ ਨਹੀਂ ਹੁੰਦਾ ਇੰਨੀ ਕਰ ਨਹੀਂ ਨਹੀਂ ਕੋਈ ਨਹੀਂ ਰਹਿਣ ਦਿਓ ਕੁਝ ਨਹੀਂ ਹੁੰਦਾ ਚਲੋ ਆ ਲਓ ਜੀ ਤੁਹਾਡਾ ਸਮਾਨ ਹਾਂਜੀ ਥੈਂਕ ਯੂ ਤੇ ਮੈਨੂੰ ਹੁਣ ਦਿਓ ਇਜਾਜ਼ਤ ਇੰਨੀ ਦੂਰ ਤੱਕ ਆਏ ਹੋ ਚਾਹ ਤਾਂ ਪੀ ਕੇ ਜਾਓ ਨਹੀਂ ਚਾਹ ਨਹੀਂ ਥੱਕੇ ਹੋਣੇ ਪਾਣੀ ਦੇ ਦਿੰਦੀ ਹਾਂ ਹਾਂ ਚਲੋ ਤੁਸੀਂ ਪਾਣੀ ਲਿਓ ਹਾਂਜੀ ਜਰਸਲੀ ਐਡੀ ਕੀ ਮਜਬੂਰੀ ਹੋ ਗਈ ਐਡੀ ਘਰ 'ਚ ਇਕੱਲੀ ਜਨਾਨੀ ਰਹਿੰਦੀ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਇੰਨੀ ਗਰਮੀ 'ਚ ਤੁਸੀਂ ਮਦਦ ਕਰਤੀ। ਨਹੀਂ ਨਹੀਂ ਧੰਨਵਾਦ ਜੀ, ਤਾਂ ਕੋਈ ਗੱਲ ਨਹੀਂ, ਨਹੀਂ ਨਹੀਂ ਠੀਕ ਹੈ ਮੈਂ। ਤੁਸੀਂ ਬੈਠੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ। ਹਾਂਜੀ। ਅਤੇ ਤੁਸੀਂ ਪੂਰੇ ਇਕੱਲੇ ਕਿਉਂ ਰਹਿੰਦੇ ਹੋ? ਤੁਹਾਡੇ ਮਾਂ ਬਾਪ ਹੋਣੇ, ਉਹਨਾਂ ਕੋਲ ਕਿਉਂ ਨਹੀਂ ਚਲੇ ਜਾਂਦੇ? ਮਾਂ ਬਾਪ ਕੋਲ ਨਹੀਂ ਜਾ ਸਕਦੀ। ਇਹ ਮੇਰੀ ਕੀ ਗੱਲ ਹੋ ਗਈ? ਦੱਸਦੀ ਕਰੀ ਜਾਂਦੀ ਆ। ਬਸ ਮੰਮੀ ਭਾਂਡਿਆਂ ਦਾ ਕੰਮ ਨਿਬੇੜ ਕੇ ਹਟੀ ਆ। ਆਈ ਜੀ ਲਾ ਕੇ ਕੰਮ ਕਰਿਆ ਕਰ ਪੁੱਤ। ਹਾਂਜੀ ਮੰਮੀ, ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ, ਮੈਂ ਸਾਰੇ ਕੰਮ ਸਿੱਖ ਲਏ ਆ। ਉਹ ਤਾਂ ਲੜਾਈ ਪੜਾਈ ਤਾਂ ਚੱਲਦੀ ਰਹਿੰਦੀ ਆ, ਕੱਲ ਨੂੰ ਸਹੁਰੇ ਘਰ ਵੀ ਜਾਣਾਗਾ। ਹਾਂਜੀ ਮਾਤਾ, ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਕਿਉਂ ਪੁੱਤ, ਇਹਦਾ ਵੈਸੀ ਆਪਣੀ ਮਿੱਟੀ ਪਲੀਤ ਕਰੀ ਪਈ ਆ। ਜ਼ੁਬਾਨ ਸੰਭਾਲ ਕੇ ਗੱਲ ਕਰ ਨਾ ਪੁੱਤ, ਤੇਰੀ ਬਾੜ ਮੈਂ ਜਾਣਾਗਾ ਤਾਂ ਬੋਲਦਾ ਤੂੰ। ਵੱਡੀ ਆ ਫਿਰ ਵੱਡਿਆਂ ਵਾਲੇ ਕੰਮ ਵੀ ਕਰੇ, ਇੱਜ਼ਤ ਵੀ ਰੱਖੇ ਪਰਿਵਾਰ ਦੀ। ਕੀ ਕਰ ਤਾ ਮੈਂ ਅੱਜ ਵੀ ਦੇਖਿਆ ਉਸੇ ਮੁੰਡੇ ਨਾਲ ਪਾਰਕ 'ਚ ਬੈਠੀ ਸੀ। ਹਾਏ ਕੁੜੇ, ਤੈਨੂੰ ਇੰਨੇ ਵਾਰੀ ਸਮਝਾਇਆ ਸੀ ਨੇ, ਤੂੰ ਸਮਝਦੀ ਨਹੀਂ ਹੈਗੀ ਫਿਰ। ਮੰਮੀ ਹਾਂ, ਪਰ ਤੁਹਾਨੂੰ ਮੈਂ ਵੀ ਸਮਝਾਇਆ ਹੈ ਨਾ, ਮੈਂ ਉਹਨੂੰ ਪਿਆਰ ਕਰਦੀ ਆ। ਯਾ ਤਾਂ ਮੈਂ ਉੱਥੇ ਹੀ ਕਰਾਂਗੀ, ਨਾਲੇ ਤੂੰ ਛੋਟਾ ਹੈ ਨਾ, ਛੋਟਾ ਬਣ ਕੇ ਰਿਹਾ ਕਰ, ਸਮਝਿਆ? ਭਰਾ ਤਾਂ ਭਰਾ ਹੁੰਦੇ, ਛੋਟਾ ਚਾਹੇ ਵੱਡਾ ਇੱਕੋ ਗੱਲਬਾਤ ਹੁੰਦੀ ਹੈ। ਫਿਰ ਤੂੰ ਵੀ ਵੱਡਿਆਂ ਵਾਲੇ ਕੰਮ ਕਰ, ਤੈਨੂੰ ਕਿੰਨੇ ਵਾਰੀ ਕਿਹਾਗਾ, ਸਿਰ ਤੇ ਤੇਰਾ ਪਿਓ ਨਹੀਂ। ਮੈਂ ਤਾਂ ਬਾਹਰ ਜਾਣਾ, ਮਿੱਟੀ ਪਲੀਤ ਕਰੀ ਪਈ ਆ, ਕੋਈ ਬਾਹਰ ਮੂੰਹ ਦਿਖਾਉਣ ਜੋਗਾ ਨਹੀਂਗਾ ਮੈਂ। ਤੂੰ ਆਪਦੇ ਭਾਈ ਕਣੀ ਤਾਂ ਦੇਖ ਲੈ, ਕੱਲ ਨੂੰ ਤੂੰ ਵੀ ਅਗਰ ਕਿਸੇ ਨੂੰ ਪਿਆਰ ਕਰੇਗਾ, ਤੂੰ ਵੀ ਇਹੀ ਹਰਕਤਾਂ ਕਰੇਗਾ। ਤੂੰ ਤਾਂ ਚੁੱਪ ਹੀ ਰਹਿ। ਮਾਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਹਰ ਵਾਰ ਸਮਝਾਇਆ ਨਾ, ਕਮੀ ਕੀ ਉਸ ਮੁੰਡੇ ਕਿਉਂ ਨਹੀਂ ਸਮਝਦੀ ਸਾਡੀ ਗੱਲ? ਮੈਂ ਤਾਂ ਤੇਰੇ ਭਾਈ ਨੇ ਵੀ ਜਾਉਣਾ, ਇਹਨੇ ਵੀ ਪਿੰਡ ਦੇ ਵਿੱਚ ਰਹਿਣਾਗਾ। ਪਰ ਮੰਮੀ ਤੁਸੀਂ ਵੀ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ। ਕੱਲ ਨੂੰ ਤੇਰਾ ਮਤਲਬ ਕਰਦੀਆਂ ਫਾਹਾ ਪੜਦੀਆਂ ਤੇਰਾ ਮੈਂ ਸਾਰੇ ਕਹਿੰਦੇ ਨੇ ਤੇਰੀ ਭੈਣ ਉਹ ਫਿਰਦੀ ਐ ਫਿਰਦੀ ਆ, ਮੈਂ ਕੀ ਕਰਾਂ? ਕੱਲ ਨੂੰ ਪੁੱਤੇ ਦਾ, ਕੱਲ ਨੂੰ ਫਾਹਾ ਪੜਦੀਆਂ ਕਰਦੀਆਂ ਉੱਥੇ ਰਿਸ਼ਤਾ ਤੇਰਾ ਮੈਂ। ਨਹੀਂ ਮੰਮੀ, ਮੈਂ ਵੀ ਤੇਰੀ ਮਾਂ, ਮੈਂ ਵੀ ਫਿਰ ਤੁਹਾਡੀ ਧੀ ਆ। ਵਿਆਹ ਤਾਂ ਮੈਂ ਉੱਥੇ ਹੀ ਕਰੂੰਗੀ, ਕਮੀ ਕੀ ਉਸ ਮੁੰਡੇ 'ਚ, ਮੈਂ ਖੁਸ਼ ਰਹੂੰਗੀ ਉਹਦੇ ਨਾਲ। ਨਾਲੇ ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ, ਸਮਝ ਗਿਆ? ਬਾਪੂ ਉਹ ਪੜ੍ਹਦੇ ਸੀ ਅਸੀਂ ਇਕੱਠੇ ਨਾ, ਮੈਂ ਉਦੋਂ ਤੋਂ ਇੱਕ ਦੂਜੇ ਨੂੰ ਜਾਣਦੇ ਆ ਅਸੀਂ, ਫਿਰ ਮੈਂ ਵਿਆਹ ਕਰਵਾ ਲਿਆ ਜੀ। ਕਿਹਨੂੰ ਪੁੱਛ ਕੇ ਕਰਾਇਆ ਤਾ ਵਿਆਹ? ਪੁੱਛ ਕੇ ਤਾਂ ਕਿਹਨੂੰ ਬਾਪੂ, ਵੀ ਕਰਾਉਣੀ ਸੀਗਾ। ਮੇਰੀ ਗੱਲ ਸੁਣ ਲਾ, ਜਿੱਥੋਂ ਆਇਆ ਉੱਥੇ ਚਲੇ ਜਾਓ। ਹੁਣ ਕਿੱਥੇ ਲੈ ਕੇ ਜਾਊਂਗਾ ਬਾਪੂ ਇਹਨੂੰ? ਜਿੱਥੇ ਮਰਜ਼ੀ ਜਾ, ਮੈਂ ਤੈਨੂੰ ਕਹਿਤਾ ਮੈਂ ਘਰੇ ਨਹੀਂ ਵੜਦਾ, ਜਿੱਥੇ ਮਾਰੇ ਉੱਥੇ ਚਲੇ ਜਾਓ। ਡੈਡੀ ਜੀ ਪਲੀਜ਼ ਅਪਣਾ ਲਓ ਸਾਨੂੰ ਇੱਦਾਂ ਨਾ ਗੁੱਸਾ ਕਰੋ। ਕੁੜੀਏ ਤੂੰ ਤਾਂ ਚੁੱਪ ਕਰ ਦੇਗਾ, ਤੂੰ ਜਦੋਂ ਆਪਦੇ ਘਰ ਦਾ ਦਿਲ ਬਣੀ ਸਾਡੇ ਕੀ ਬਣੇਗੀ? ਬਾਪੂ ਹੁਣ ਤਾਂ ਮੈਂ ਫੈਸਲਾ ਕਰ ਲਿਆ, ਹੁਣ ਤਾਂ ਮੈਂ ਇਹਦੇ ਨਾਲ ਹੀ ਰਹੂੰਗਾ। ਜਦੋਂ ਮੈਂ ਇਹਨੂੰ ਵਿਆਹ ਕੇ ਲਿਆ ਆ, ਹੁਣ ਮੈਂ ਇਹਨੂੰ ਛੱਡ ਨਹੀਂ ਸਕਦਾ। ਮੈਂ ਤੈਨੂੰ ਘਰ 'ਚ ਰਹਿਣ ਨਹੀਂ ਦਿੰਦਾ, ਜਾਂ ਤੂੰ ਰਹੇਗਾ ਜਾਂ ਮੈਂ ਰਹੂੰ। ਬਾਪੂ ਫਿਰ ਐਂ ਕਰ, ਤੂੰ ਹੀ ਰਹਿ ਲੈ, ਅਸੀਂ ਜਾਂਦੇ। ਆ ਜਾਓ ਚੱਲ, ਕੁਛ ਨਹੀਂ ਹੁੰਦਾ, ਆ ਜਾ ਮੈਂ ਆਪੇ ਹੱਲ ਕਰੂੰਗਾ। ਉਹ ਮੰਨ ਜਾਣਗੇ, ਕੁਛ ਨਹੀਂ ਹੁੰਦਾ, ਮੈਨੂੰ ਪਤਾ ਇਹਨਾਂ ਦੇ ਗੁੱਸੇ ਦਾ, 2-4 ਦਿਨ ਦਾ ਹੁੰਦਾ, ਠੀਕ ਹੈ? ਆਪੇ ਠੰਡੇ ਪੈ ਜੂਗੀ ਗੱਲ, ਮੈਂ ਆਪਣਾ ਕਰਦਾ ਅਰੇਂਜਮੈਂਟ, ਮੇਰਾ ਦੋਸਤ ਹੈਗਾ ਉਹ, ਕੋਈ ਗੱਲ ਆ ਜਾ। ਫਿਰ ਅਸੀਂ ਇਸ ਘਰ 'ਚ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਅੱਗੇ ਕੀ ਹੋਇਆ? ਅੱਗੇ
ਅਸੀਂ ਬਹੁਤ ਖੁਸ਼ ਸੀ। ਸੁਣ ਕੱਪੜੇ ਲੈ ਕੇ ਪਾਉਣਾ। ਹਾਂਜੀ, ਮੈਂ ਕਿਹਾ ਰਸੋਈ ਦਾ ਕੰਮ ਨਿਬੜ ਗਿਆ ਸੀ। ਕੋਈ ਨਾ, ਮੈਂ ਪਵਾ ਦਾ ਨਾ। ਛੱਡੋ ਤੁਸੀਂ, ਛੱਡੋ ਛੱਡੋ। ਓਹੋ, ਛੱਡਦੇ ਮੇਰੀ ਗੱਲ ਸੁਣ। ਇਹ ਤਾਂ ਜਨਾਨੀਆਂ ਦੇ ਕੰਮ ਨੇ, ਤੁਸੀਂ ਕਾਹਨੂੰ ਲੱਗ ਗਏ ਕਰਨ? ਫੇਰ ਕੀ ਹੋ ਗਿਆ, ਬੰਦੇ ਕਿਹੜਾ ਕਰ ਨਹੀਂ ਸਕਦੇ? ਜਨਾਨੀਆਂ ਦੇ ਕੰਮ ਬੰਦੇ ਵੀ ਕਰਦੇ, ਮੇਰੀ ਉਹ ਸੋਚ ਨਹੀਂ ਹੈਗੀ। ਠੀਕ ਹੈ, ਮੈਨੂੰ ਪਤਾ ਤੁਹਾਡੀ ਸੋਚ ਦਾ। ਤੁਸੀਂ ਜਾ ਕੇ ਅੰਦਰ ਆਰਾਮ ਕਰ ਲਓ, ਇਹ ਮੈਂ ਕਰ ਲੈਂਦੀ ਹਾਂ। ਕੋਈ ਕੋਈ ਗੱਲ ਕੋਈ ਨਹੀਂ। ਤੁਸੀਂ ਮੇਰੀ ਖਾਤਰ ਘਰ ਬਾਰ ਛੱਡ ਕੇ ਆ ਗਏ, ਆਪਦਾ ਮਾਂ ਪਿਓ ਛੱਡਤਾ, ਅਤੇ ਮੈਂ ਤੁਹਾਡੇ ਲਈ ਇੰਨਾ ਨਹੀਂ ਕਰ ਸਕਦਾ, ਇੱਕ ਕੱਪੜੇ ਨਹੀਂ ਪਾ ਸਕਦਾ। ਨਾਲੇ ਮੇਰੀ ਗੱਲ ਸੁਣ, ਆਪਾਂ ਜ਼ਿੰਦਗੀ ਇਕੱਠਿਆਂ ਨੇ ਗਜ਼ਾਰਨੀ, ਠੀਕ ਹੈ? ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ, ਮੈਂ ਤੇਰੇ ਲਈ ਇੱਕ ਕੱਪੜੇ ਵੀ ਨਹੀਂ ਸੁੱਕਣੇ ਪਾ ਸਕਦਾ। ਅੱਛਾ ਬਾਬਾ, ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਵੇਂ ਹੀ ਕਰੋ। ਤੂੰ ਇਹ ਨਾ ਸੋਚਿਆ ਕਰ, ਆਪਾਂ ਦੁੱਖ ਸੁੱਖ 'ਚ ਇਕੱਠੇ ਰਹਿਣਾ, ਹੁਣ ਆਪਾਂ ਦੋਨੋਂ ਚੰਗੀ ਵਧੀਆ ਜ਼ਿੰਦਗੀ ਬਤੀਤ ਕਰਨੀ ਹੈ ਆਪਾਂ ਨੇ, ਠੀਕ ਹੈ? ਜੇ ਕੋਈ ਲੋੜ ਹੈ ਕੋਈ ਚੀਜ਼ ਦੀ ਮੈਨੂੰ ਦੱਸ, ਮੈਂ ਤੈਨੂੰ ਉਹ ਵੀ ਲਿਆ ਕੇ ਦੇ ਦੂੰਗਾ। ਤੁਹਾਨੂੰ ਵੀ ਦੱਸੂੰਗੀ, ਹੋਰ ਕਿਹਨੂੰ ਕਹੂੰਗੀ। ਠੀਕ ਹੈ, ਲਓ ਹੁਣ ਪਾਣੀ ਸੁੱਟੋ, ਮੈਂ ਤੁਹਾਡੇ ਲਈ ਚਾਹ ਬਣਾ ਦਿੰਦੀ। ਹਾਂ ਹਾਂ, ਚਾਹ ਬਣਾ ਦੂੰ। ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਸੀ, ਬਹੁਤ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਰਹੇ ਸੀ। ਅੱਛਾ ਯਾਰ, ਰੱਗੀ ਕੀ ਹੋਇਆ? ਫਿਰ ਉਹੀ ਹੋਇਆ ਜੋ ਰੱਬ ਨੂੰ ਮਨਜ਼ੂਰ ਸੀ। ਐਸੀ ਚੰਦਰੀ ਘੜੀ ਆਈ ਜਿਹਨੇ ਮੇਰਾ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖਤਾ, ਜਿਹਨੇ ਮੇਰੀ ਸਾਰੀ ਜ਼ਿੰਦਗੀ ਬਦਲ ਕੇ ਰੱਖਤੀ। ਚੰਗਾ ਸੁਮਨ, ਠੀਕ ਹੈ, ਮੈਂ ਚੱਲਦਾ ਹੈ। ਓਹੋ, ਇੱਕ ਮਿੰਟ ਰੁਕੋ, ਟਿਫਿਨ ਤਾਂ ਭੁੱਲ ਹੀ ਗਏ। ਓ ਹਾਂ ਹਾਂ, ਹਾਂਜੀ, ਤੇ ਚੱਲ ਠੀਕ ਹੈ, ਕਰੇ ਧਿਆਨ ਰੱਖਿਓ, ਠੀਕ ਹੈ? ਹਾਂਜੀ, ਜੇ ਕੋਈ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸ ਦਿਓ, ਮੈਂ ਲਿਆਉਂਗਾ। ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਊਂਗੀ, ਕਿਸੇ ਚੀਜ਼ ਦੀ ਲੋੜ ਨਹੀਂ, ਬਸ ਤੁਸੀਂ ਟਾਈਮ ਨਾਲ ਆ ਜਿਓ। ਮੈਂ ਤਾਂ ਟਾਈਮ ਨਾਲ ਹੀ ਆਊਂਗਾ, ਮੇਰਾ ਕਿਹੜਾ ਜੀ ਕਰਦਾ ਜਾਣ ਨੂੰ, ਇੱਕ ਮਜਬੂਰੀ ਹੈ। ਕੋਈ ਨਹੀਂ, ਧਿਆਨ ਰੱਖਣਾ ਆਪਣਾ। ਠੀਕ ਹੈ, ਚੱਲ ਠੀਕ ਹੈ, ਸੁਣ ਜੀ, ਬਾਏ। ਉਸ ਤੋਂ ਬਾਅਦ ਸਭ ਖਤਮ ਹੋ ਗਿਆ। ਤੁਸੀਂ ਰੋਵੋ ਨਾ, ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਇਹਨੂੰ ਕੌਣ ਟਾਲ ਸਕਦਾ? ਨਾਲੇ ਚੰਗਾ ਮਾੜਾ ਟਾਈਮ ਤਾਂ ਹਰੇਕ ਦੇ ਆਉਂਦੇ ਹੀ ਆ, ਬਾਕੀ ਆਪਾਂ ਪੁਰਾਣੇ ਟਾਈਮ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧੋ। ਅਤੇ ਬਾਕੀ ਮੈਂ ਤਾਂ ਇਹੀ ਕਹਿੰਦਾ, ਤੁਸੀਂ ਆਪਣੀ ਜ਼ਿੰਦਗੀ 'ਚ ਖੁਸ਼ ਰਹੋ, ਜੇ ਬਾਕੀ ਕਿਸੇ ਵੀ ਚੀਜ਼ ਦੀ ਲੋੜ ਪਈ ਤਾਂ ਮੈਨੂੰ ਜਦੋਂ ਮਰਜ਼ੀ ਦੱਸੋ, ਫਿਰ ਵੀ ਦੋਸਤ ਹੋਣ ਦੇ ਨਾਂ 'ਤੇ ਮੇਰਾ ਇੰਨਾ ਕੁ ਤਾਂ ਫਰਜ਼ ਬਣਦਾ। ਪਰ ਤੁਸੀਂ ਮੇਰੇ ਲਈ ਇੰਨਾ ਕਿਉਂ ਸੋਚ ਰਹੇ ਹੋ? ਉਹ ਫਿਰ ਕੀ ਹੁੰਦਾ ਜੀ, ਹੈ ਤਾਂ ਖੈਰ ਆਪਾਂ ਇਨਸਾਨ ਹੀ ਹਾਂ, ਇੱਕ ਦੂਜੇ ਦੇ ਕੰਮ ਆਉਣ ਦਾ ਆਪਣਾ ਫਰਜ਼ ਆ। ਅਤੇ ਬਾਕੀ ਰਹੀ ਗੱਲ, ਬਾਕੀ ਜਦੋਂ ਮਰਜ਼ੀ ਮੈਨੂੰ ਕਾਲ ਕਰੋ, ਦੱਸੋ, ਕਿਉਂਕਿ ਫਿਰ ਵੀ ਤੁਸੀਂ ਇਸ ਘਰ ਵਿੱਚ ਇਕੱਲੇ ਰਹਿੰਦੇ ਹੋ, ਬਾਹਰ ਅੰਦਰ ਜਾਂਦੇ ਹੋ ਤਾਂ ਔਖਾ ਜਿਹਾ ਲੱਗਦਾ। ਬਾਕੀ ਬੇਝਿਜਕ ਹੋ ਕੇ ਮੈਨੂੰ ਜਦੋਂ ਮਰਜ਼ੀ ਦੱਸਣਾ ਤਾਂ ਮੈਂ ਤੁਹਾਡੀ ਸੇਵਾ 'ਚ ਜ਼ਰੂਰ ਹਾਜ਼ਰ ਹਾਂ। ਬਾਕੀ ਬੀਤੇ ਸਮੇਂ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਅਤੇ ਆਪਦਾ ਜ਼ਿੰਦਗੀ 'ਚ ਖੁਸ਼ ਰਹੋ। ਬਾਕੀ ਕਦੇ ਵੀ ਮੈਂ ਤੁਹਾਡੇ ਕਿਸੇ ਵੀ ਕੰਮ ਆ ਸਕਾਂ ਤਾਂ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰਿਓ। ਹੈਲੋ, ਉੱਠ ਖੜੇ ਉਸਤਾਦ ਜੀ।
ਅੱਛਾ ਕੀ ਗੱਲ ਹੋ ਗਈ? ਬੁਖਾਰ ਚੜ੍ਹ ਗਿਆ ਰਾਤ ਯਾਰ। ਅੱਛਾ ਦਵਾਈ ਦਵੂਈ ਲੈਣੀ ਸੀ? ਬਸ ਮੈਂ ਦੁਬਾਰਾ ਅੱਜ ਦਵਾਈ ਲੈਣੀ ਜਾਂਦਾ। ਤੇ ਸੱਚ ਯਾਰ ਦਵਾਈ ਤਾਂ ਕੋਈ ਨਾ ਆਪਾਂ ਲੈ ਆਵਾਂਗੇ। ਤੇ ਯਾਰ ਆਪਾਂ ਸੁਮਨ ਦੇ ਪੇਕੇ ਪਿੰਡ ਜਾ ਕੇ ਆਉਣਾ, ਤਿਆਰ ਹੋ ਲਾ ਤੂੰ। ਸੁਮਨ ਦੇ ਪੇਕੇ ਪਿੰਡ ਕੀ ਕਰੇਗਾ ਯਾਰ ਤੂੰ, ਘਟੂ ਕਣਾ ਖੜਾਏ ਮੇਰਾ ਤੇ। ਓਏ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਆ ਜਦੋਂ। ਨਾਲ ਤਾਂ ਹੈਗਾ, ਕੀ ਕਰਨੀ ਜਾਂਦਾ ਤੇ? ਉਹ ਯਾਰ ਕੱਲ ਮੈਂ ਸੁਮਨ ਕੋਲੇ ਗਿਆ ਸੀਗਾ ਤੇ ਯਾਰ ਮੈਨੂੰ ਉਹਨੇ ਸਾਰਾ ਕੁਛ ਦੱਸਤਾ ਆਪਦੇ ਬਾਰੇ, ਵੀ ਉਹ ਯਾਰ ਕਿਵੇਂ ਰਹਿੰਦੀ ਹੈ, ਕੀ ਹਾਲਾਤ ਨੇ ਉਹਦੇ, ਆਪਦੇ ਪਿੰਡ ਕਿਉਂ ਨਹੀਂ ਜਾ ਸਕਦੀ, ਸਾਰੀ ਗੱਲਬਾਤ ਦੱਸਦੀ ਯਾਰ ਤੂੰ। ਕੋਈ ਪਿੰਡ ਕਦੋਂ ਜਾ ਸਕਦੇ ਉਹ? ਜਦ ਤੂੰ ਇਹਨਾਂ ਤੈਨੂੰ ਮਿਲ ਕੇ ਦੱਸੂ ਸਾਰੀ ਗੱਲਬਾਤ ਯਾਰ। ਉਹਨੇ ਯਾਰ ਭੱਜ ਕੇ ਵਿਆਹ ਕਰਾਇਆ ਹੋਇਆ ਆਪਦੇ ਘਰਦਿਆਂ ਤੋਂ ਖਿਲਾਫ। ਹਾਂ ਤੇ ਤੂੰ ਆਪੇ ਸੋਚ ਹੁਣ ਕਿਹੜੇ ਮੂੰਹ ਜਾ ਸਕਦੀ ਹੈ ਪਿੰਡ ਉਹ। ਤੇ ਯਾਰ ਉਹਨੇ ਸਾਰੀ ਰਾਮ ਕਹਾਣੀ ਦੱਸਤੀ ਸੱਤੂ ਯਾਰ, ਹੁਣ ਮੈਥੋਂ ਯਾਰ ਉਹਦਾ ਦੁੱਖ ਨਹੀਂ ਦੇਖਿਆ ਗਿਆ ਯਾਰ। ਯਾਰ ਮੇਰੀ ਤਾਂ ਇੱਕ ਇੱਛਾ ਵੀ ਯਾਰ ਕਿਵੇਂ ਨਾ ਕਿਵੇਂ ਕਰਕੇ ਉਹਦੀ ਮਾਂ ਨਾਲ ਉਹਨੂੰ ਮਿਲਾ ਦੇ ਸੁਮਨ ਨਾਲ ਯਾਰ। ਭਾਈ ਬਣ ਕੇ ਤੂੰ ਮੇਰੇ ਨਾਲ ਚੱਲ, ਮੇਰਾ ਇੰਨਾ ਕੁ ਸਾਥ ਦੇ ਦੇ ਯਾਰ, ਤੇਰਾ ਸਾਹ ਨਹੀਂ ਮੈਂ ਭੁੱਲੂੰਗਾ। ਦਵਾਈ ਵੀ ਲਿਆ ਮੈਂ ਕੋਈ ਨਾ ਯਾਰ, ਆਪਣੀ ਮਾੜੀ ਜਿਹੀ ਕੋਸ਼ਿਸ਼ ਨਾਲ ਯਾਰ, ਕੀ ਤਾਂ ਉਹਦੀ ਜ਼ਿੰਦਗੀ 'ਚ ਕੋਈ ਨਿਖਾਰੇ ਆ ਜੀ ਬਾਈ ਬਣ ਕੇ। ਹਾਂ ਬਸ ਮੈਂ ਤੇਰੇ ਕੋਲ ਆਉਣਾ, ਤੂੰ ਤਿਆਰ ਰਹਿ। ਠੀਕ ਆ ਬਾਈ। ਕੌਣ ਆ ਭਾਈ? ਸਤਿ ਸ੍ਰੀ ਅਕਾਲ ਭਾਈ, ਤੁਸੀਂ ਕੌਣ ਭਾਈ? ਉਹ ਠੀਕ ਹਾਂ ਜੀ। ਹਾਂ ਠੀਕ ਆ ਭਾਈ, ਤੁਸੀਂ ਕੌਣ? ਅਸੀਂ ਤਾਂ ਜੀ ਉੱਥੋਂ ਆਏ ਤੇ ਸੁਮਨ ਦਾ ਸੁਨੇਹਾ ਲੈ ਕੇ ਆਏ ਜੀ। ਭਾਈ ਅਸੀਂ ਸੁਮਨ ਬਾਰੇ ਕੋਈ ਗੱਲ ਨਹੀਂ ਕਰਨੀ, ਜੇ ਹੋਰ ਕੰਮ ਆ ਤਾਂ ਦੱਸੋ। ਆਂਟੀ ਤੁਸੀਂ ਸਾਡੀ ਇੱਕ ਵਾਰੀ ਗੱਲ ਤਾਂ ਸੁਣ ਲਓ। ਉਹ ਤਾਂ ਆਂਟੀ ਤੁਹਾਨੂੰ ਪਤਾ ਜੀ ਸਾਰੀ ਗੱਲ ਦਾ। ਨਹੀਂ ਪੁੱਤ, ਅਸੀਂ ਸੁਮਨ ਬਾਰੇ ਕੋਈ ਗੱਲ ਨਹੀਂ ਕਰਨੀ ਹੈਗੀ, ਜਦੋਂ ਉਹ ਘਰੋਂ ਗਈ ਸੀ ਸਾਡੇ ਤਾਂ ਉਹ ਸਦਾ ਲਈ ਦਰਵਾਜ਼ੇ ਬੰਦ ਕਰਕੇ ਗਈ ਸੀ। ਆਂਟੀ ਇਸ ਵੇਲੇ ਤੁਹਾਡੀ ਬੜੀ ਬਹੁਤ ਦੁੱਖਾਂ ਦੀ ਘੜੀ ਜਾ, ਤੁਸੀਂ ਬੈਠ ਕੇ ਸਾਡੀ ਇੱਕ ਵਾਰੀ ਗੱਲ ਸੁਣ ਲਓ ਜੀ। ਬਾਕੀ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰਨਾ। ਬਾਲੇ ਦੁੱਖ ਚੱਲ ਰਹੇ ਵਿਚਾਰੇ ਉਹ। ਹਾਂ ਦੱਸੋ ਭਾਈ ਕੀ ਗੱਲ ਕਰਨੀ ਸੀ ਤੁਸੀਂ ਸੁਮਨ ਬਾਰੇ? ਆਂਟੀ ਦੇਖੋ, ਜਿਹੜੇ ਪਿੰਡ ਤੁਹਾਡੀ ਸੁਮਨ ਨੇ ਵਿਆਹੀ ਸੀ ਉਹਦੇ ਘਰ ਵਾਲੇ ਦੀ ਹੋ ਗਈ ਮੌਤ। ਵਿਆਹੀ ਕਾਹਨੂੰ ਤੀ ਪੁੱਤ, ਨਿਕਲ ਕੇ ਗਈ ਤੀ, ਸਾਡੀ ਇੱਜ਼ਤ ਰੋਲ ਕੇ ਗਈ ਸੀ ਉਹ ਤਾਂ। ਚਲੋ ਆਂਟੀ ਜਿਵੇਂ ਮਰਜ਼ੀ ਲਾ ਲਓ। ਤੁਹਾਨੂੰ ਕਿਵੇਂ ਪਤਾ ਭਾਈ ਉਹਦੇ ਬਾਰੇ ਇੰਨਾ? ਆਂਟੀ ਜੀ ਜਿੱਥੇ ਆਪਣਾ ਸੁਮਨ ਦਾ ਪਿੰਡ ਆ ਜੀ, ਅਸੀਂ ਉਹ ਪਿੰਡ 'ਚ ਕਰਦੇ ਪ੍ਰਜਾ ਦਿਖਾਉਣਾ ਜੀ, ਮੇਰਾ ਨਾਲ ਲੱਗਦੀ ਪਿੰਡ ਆ, ਉਹ ਸਾਡੇ ਕੋਲ ਕੰਪਲੇਂਟ ਆਈ ਤੀ। ਤੁਸੀਂ ਕੰਪਲੇਂਟ 'ਤੇ ਗਏ, ਭੈਣ ਦਾ ਦੇਖਿਆ ਦੁੱਖ ਸੁੱਖਾ, ਉਹਨਾਂ ਗੱਲਾਂ ਬਾਤਾਂ ਕੀਤੀਆਂ, ਫਿਰ ਉਹਨੇ ਸਾਨੂੰ ਸਾਰੀ ਕਹਾਣੀ ਦੱਸੀ, ਐਂ ਕਰਕੇ ਸਾਰੀ ਗੱਲ ਐਂ ਹੋ ਗਈ। ਹੁਣ ਵਿਚਾਰੀ ਉਹ ਬਹੁਤ ਜ਼ਿਆਦਾ ਦੁਖੀ ਹੈ ਜੀ। ਤੁਸੀਂ ਆਂਟੀ ਹੱਥ ਬੰਨ ਕੇ ਬੇਨਤੀ ਉਹਨੂੰ ਇੱਕ ਵਾਰੀ ਅਪਣਾ ਲਓ। ਪੁੱਤ ਕਿਵੇਂ ਅਪਣਾ ਲਾਂ, ਸਾਡੀ ਕਿਹੜਾ ਉਹਨੇ ਮੰਨੀ ਆ ਕੋਈ, ਸਾਡੀ ਤਾਂ ਇੱਜ਼ਤ ਰੋਲ ਕੇ ਗਈ, ਬਥੇਰਾ ਸਮਝਾਈ ਤੀ ਅਸੀਂ ਨੇ। ਉਹ ਤਾਂ ਆਂਟੀ ਸਾਰੀ ਗੱਲ ਦੱਸੀ ਆ ਭੈਣ ਨੂੰ, ਫਿਰ ਵੀ ਤੁਹਾਨੂੰ ਬੇਨਤੀ। ਸਾਡੀ ਤਾਂ ਕੋਈ ਮੰਨੀ ਨਹੀਂ ਹੈਗੀ ਪੁੱਤ, ਸਾਡੀ ਤਾਂ ਇੱਜ਼ਤ ਰੋਲ ਹੀ ਆ ਨਾ। ਚਲੋ ਬੱਚੀ ਦੀ ਵਿਚਾਰੀ ਗਲਤੀ ਹੋ ਗਈ ਪੁੱਤ, ਗਲਤੀ ਤਾਂ ਹੋ ਗਈ, ਨੌਹਾਂ ਨਾਲੋਂ ਮਾਸ ਤਾਂ ਟੁੱਟਦਾ ਨਹੀਂ ਹੈਗਾ, ਧੀ ਤਾਂ ਮੇਰੀ ਹੋਈ ਹੈ, ਪਰ ਸਮਝਾਈ ਤਾਂ ਬਥੇਰੀ ਤੀ, ਪਰ ਹੁਣ ਜੇ ਜਿਵੇਂ ਸਾਡੇ ਨਾਲ ਕਰਕੇ ਗਈ ਤੇ ਫਿਰ ਦੁੱਖ ਵੀ ਉਵੇਂ ਭੋਗ ਰਹੀ ਹੈ ਨਾ ਉਹ। ਹੁਣ ਪੁੱਤ ਮੈਂ ਕਿਵੇਂ ਜਾ ਸਕਦੇ ਹਾਂ ਇਕੱਲੀ, ਹੁਣ ਤਾਂ ਮੇਰਾ ਪੁੱਤ ਵੀ ਬਾਹਰ ਸੀਜਨ ਲਾਉਣ ਜਾ ਰਿਹਾ ਹੈਗਾ। ਆਂਟੀ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ, ਬਸ ਸਾਡੇ ਇੱਕ ਵਾਰੀ ਕਹਿਣ 'ਤੇ ਤੁਸੀਂ ਆਪਦੀ ਕੁੜੀ ਨੂੰ ਇੱਕ ਵਾਰੀ ਜ਼ਰੂਰ ਮਿਲ ਕੇ ਆਓ, ਉੱਥੇ ਵਿਚਾਰੀ ਇਕੱਲੀ ਰਹਿੰਦੀ ਆ, ਮੈਥੋਂ ਤਾਂ ਦੁੱਖ ਦੇਖਿਆ ਨਹੀਂ ਗਿਆ ਆਂਟੀ, ਬਸ ਤੁਸੀਂ ਇੱਕ ਵਾਰੀ ਸਾਡੇ ਨਾਲ ਚੱਲੋ ਨਾ। ਕੋਈ ਨਾ ਪੁੱਤ, ਜ਼ਰੂਰ ਚੱਲੂਗੀ ਪੁੱਤ, ਕੀ ਪੁੱਤ ਫਿਰ ਕੁਰੇ ਹੋ ਜਾਂਦੇ ਨੇ ਪੁੱਤ, ਮਾਂ ਪਿਓ ਤੋਂ ਨਹੀਂ ਹੋਇਆ ਜਾਂਦਾ ਹੈਗਾ। ਉਹ ਤਾਂ ਹੈ, ਸ਼ਾਮ ਨੂੰ ਸੈਂਟੀ ਆ ਜੂਗਾ ਜੀ, ਤੁਸੀਂ ਇਹਦੇ ਨਾਲ ਰਲ ਜਿਓ ਨਾ। ਕੋਈ ਪੁੱਤ ਜ਼ਰੂਰ ਜਾਊ। ਮੰਮੀ Oh
ਹੋ ਰਿਹਾ ਮੰਮੀ? ਤੁਸੀਂ ਇਕਦਮ ਕਿਵੇਂ ਮੰਮੀ? ਤੁਸੀਂ ਠੀਕ ਹੋ ਮੰਮੀ? ਤੁਸੀਂ ਮੈਨੂੰ ਮਾਫ ਕਰਤਾ ਪੁੱਤ? ਤੂੰ ਇੰਨੇ ਮਾੜੇ ਹਾਲਾਤਾਂ 'ਚ ਰਹਿ ਰਹੀ ਹੈ ਪੁੱਤ, ਤੈਨੂੰ ਕਦੇ ਸਾਡੀ ਯਾਦ ਨਹੀਂ ਆਈ? ਨਹੀਂ ਮੰਮੀ, ਏਦਾਂ ਨਾ ਸੋਚੋ। ਇਹੋ ਜਿਹਾ ਕਿਹੜਾ ਦਿਨ ਸੀ, ਕਿਹੜੀ ਰਾਤ ਸੀ, ਮੈਂ ਤੁਹਾਨੂੰ ਯਾਦ ਨਹੀਂ ਕੀਤਾ। ਬਸ ਪੁੱਤ, ਮੈਂ ਕਦੇ ਸਾਨੂੰ ਯਾਦ ਤਾਂ ਕਰ ਲੈਂਦੀ? ਮਾਂ, ਮੈਂ ਖੁਦ ਆਪਣੇ ਦਰਵਾਜ਼ੇ ਬੰਦ ਕਰਦੀ ਸੀ, ਮੈਂ ਕਿਵੇਂ ਤੁਹਾਨੂੰ ਮਿਲਦੀ, ਕਿਵੇਂ ਤੁਹਾਡੇ ਨਾਲ ਗੱਲ ਕਰਦੀ। ਪਰ ਤੁਸੀਂ ਅੱਜ ਆ ਗਏ, ਮੈਨੂੰ ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ। ਪੁੱਤ, ਕਦੇ ਨੌਹਾਂ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ, ਫਿਰ ਵੀ ਤੂੰ ਮੈਂ ਢਿੱਡੋ ਜੰਮੀ ਪੁੱਤ, ਮੇਰੀ ਧੀ ਆ ਤੂੰ। ਹੈ ਪਰ ਮਾਂ, ਤੁਹਾਨੂੰ ਇਹ ਸਾਰਾ ਕੁਝ ਕਿਵੇਂ ਪਤਾ ਚੱਲਿਆ ਮੇਰੀ ਹਾਲਤ? ਪੜਾ ਹੋਵੇ ਇਸ ਇਨਸਾਨ ਦਾ ਜਿਹਨੇ ਮੈਨੂੰ ਤੇਰੇ ਬਾਰੇ ਸਾਰਾ ਕੁਝ ਦੱਸਿਆ। ਤੁਸੀਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੇਰੀ ਮਾਂ ਨਾਲ ਮਿਲਵਾ ਤਾ। ਮੈਂ ਤੁਹਾਡਾ ਦੇਣਾ ਕਦੇ ਨਹੀਂ ਦੇ ਸਕਦੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ। ਕੋਈ ਨਾ ਸੁਮਨਾ, ਸ਼ੁਕਰੀਆ ਤਾਂ ਕੋਈ ਗੱਲ ਨਹੀਂ, ਨਾਲੇ ਤਾਂ ਮੇਰਾ ਫਰਜ਼ ਬਣਦਾ ਸੀ ਇੱਕ ਮਾਂ ਨੂੰ ਆਪਣੀ ਧੀ ਨਾਲ ਮਿਲਾਉਣ ਦਾ। ਤੁਸੀਂ ਬਾਹਰ ਹੀ ਕਿਉਂ ਖੜੇ ਹੋ, ਅੰਦਰ ਆਓ ਨਾ ਮਾਂ। ਹੁਣ ਤੂੰ ਬਹੁਤ ਔਖਾ ਕੱਟ ਲਈਆਂ, ਮੈਂ ਤੈਨੂੰ ਲੈਣ ਆਈ ਆ ਪੁੱਤ, ਹੁਣ ਤੂੰ ਆਪਣੇ ਘਰੇ ਚੱਲ, ਆਪਣੇ ਘਰੇ ਚੱਲ। ਅੱਜ ਤਾਂ ਸੁਮਨ ਨੂੰ ਦਿਲ ਦੀ ਗੱਲ ਕਹਿ ਦੇਣੀ ਆ, ਉਹ ਵੀ ਤਾਂ ਮੈਨੂੰ ਚਾਹੁੰਦੀ ਆ ਵਿੱਚੋਂ ਵਿੱਚ। ਚੱਲ ਅੱਜ ਸਾਰਾ ਜਾਬੇ ਮੰਗਾ ਦੂੰਗਾ, ਆਉਂਦੇ ਸਹੀ। ਆ ਗਈ ਸੁਮਨ? ਹਾਂਜੀ। ਉਹ ਯਾਰ, ਕਦੇ ਤਾਂ ਟਾਈਮ ਨਾਲ ਆ ਜਾ ਕਰ, ਕਿੰਨਾ ਟਾਈਮ ਹੋ ਗਿਆ ਮੈਨੂੰ ਵੇਟ ਕਰਦੇ ਨੂੰ। ਤੁਹਾਨੂੰ ਪਤਾ ਤਾਂ ਹੈ ਘਰਦੇ ਵੀ ਕਿੰਨੇ ਸਟ੍ਰਿਕਟ ਨੇ, ਉਹਨਾਂ ਨੂੰ ਬਹਾਨਾ ਮਾਰ ਕੇ ਹੀ ਆਈ ਹਾਂ। ਚੱਲ ਤੇਰਾ ਹਰ ਰੋਜ਼ ਰੋਜ਼ ਦਾ ਜਾਬਾ ਮੰਗਾ ਦੂੰਗਾ, ਦੱਸ ਕਦੋਂ ਆਵਾਂ ਤੇਰੇ ਘਰ ਹੱਥ ਮੰਗਣ। ਮੈਂ ਵੀ ਤੇਰੇ ਨਾਲ ਇਸੇ ਬਾਰੇ ਗੱਲ ਕਰਨ ਆਈ ਸੀ। ਮੈਨੂੰ ਪਤਾ ਤੂੰ ਬਹੁਤ ਚੰਗਾ ਇਨਸਾਨ ਹੈ, ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ। ਕੀ ਸੁਮਨ, ਇਹ ਕੀ ਬੋਲ ਰਹੀ ਹੈ ਤੂੰ? ਸਹੀ ਬੋਲ ਰਹੀ ਹਾਂ ਯਾਰ, ਮੈਂ ਤੈਨੂੰ ਪਿਆਰ ਕਰਦਾ ਯਾਰ। ਪਿਆਰ ਤਾਂ ਸ਼ਾਇਦ ਮੈਂ ਵੀ ਤੈਨੂੰ ਕਰਦੀ ਹਾਂ, ਪਰ ਤੈਨੂੰ ਪਤਾ ਹੈ ਨਾ, ਮੈਂ ਇੱਕ ਗਲਤੀ ਕਰ ਚੁੱਕੀ ਹਾਂ, ਮੈਂ ਦੁਬਾਰਾ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦੀ। ਤੂੰ ਚੰਗਾ ਇਨਸਾਨ ਹੈ, ਤਾਂ ਬਹੁਤ ਚੰਗੀਆਂ ਕੁੜੀਆਂ ਮਿਲ ਜਾਣਗੀਆਂ, ਪਰ ਮੈਨੂੰ ਮਾਂ ਅਤੇ ਭਰਾ ਦੁਬਾਰਾ ਨਹੀਂ ਮਿਲਣਗੇ, ਇਸ ਕਰਕੇ ਮੈਂ ਉਹਨਾਂ ਦੀ ਨਜ਼ਰਾਂ 'ਚ ਦੁਬਾਰਾ ਨਹੀਂ ਗਿਰਨਾ ਚਾਹੁੰਦੀ। ਤੂੰ ਜੋ ਮੇਰੇ ਲਈ ਕੀਤਾ ਹੈ ਨਾ, ਮੈਂ ਸ਼ਾਇਦ ਆਪਣੇ ਆਖਰੀ ਦਮ ਤੱਕ ਨਾ ਭੁੱਲਾਂ, ਤੇਰਾ ਅਹਿਸਾਨ ਕਦੇ ਨਹੀਂ ਭੁੱਲ ਸਕਦੀ। ਪਰ ਜੇ ਤੂੰ ਸੱਚੀ ਮੈਨੂੰ ਪਿਆਰ ਕਰਦਾ ਨਾ, ਤਾਂ ਮੈਨੂੰ ਭੁੱਲ ਜਾ। ਸੁਮਨ, ਉਹ ਮੇਰੀ ਗੱਲ ਤਾਂ ਸੁਣ ਯਾਰ। ਦੇਖ ਸੁਮਨ, ਜੇ ਤੇਰੇ ਮਾਂ ਭਰਾ ਦੇ ਮਿਲਣ ਤੋਂ ਪਹਿਲਾਂ ਮੈਂ ਤੈਨੂੰ ਵਿਆਹ ਲਈ ਕਹਿੰਦਾ, ਤਾਂ ਤੂੰ ਮੇਰੇ ਨਾਲ ਵਿਆਹ ਕਰਾਉਂਦੀ? ਹਾਂ, ਸ਼ਾਇਦ ਮੈਂ ਤੇਰੇ ਨਾਲ ਵਿਆਹ ਕਰਾ ਲੈਂਦੀ, ਪਰ ਹੁਣ ਹਾਲਾਤ ਕੁਛ ਹੋਰ ਨੇ। ਇਹਦਾ ਮਤਲਬ ਤਾਂ ਸੁਮਨ, ਮੈਂ ਗਲਤੀ ਕਰੀ ਤੈਨੂੰ ਤੇਰੀ ਮਾਂ ਨਾਲ ਮਿਲਾ ਕੇ? ਮੇਰਾ ਉਹ ਮਤਲਬ ਨਹੀਂ ਸੀ, ਮੈਂ ਤੈਨੂੰ ਸਮਝਾਉਂਦੀ ਹਾਂ ਕਿ। ਬਸ ਯਾਰ, ਮੈਂ ਸਭ ਕੁਝ ਸਮਝ ਗਿਆ, ਤੂੰ ਗਲਤ ਸਮਝ, ਮੇਰੀ ਗੱਲ ਤਾਂ ਸੁਣ। ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸਮਤ ਨੇ ਵੀ ਕੀ ਖੇਡ ਰਚੀ ਹੈ ਮੇਰੇ ਨਾਲ। ਪਹਿਲਾਂ ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ, ਮੈਂ ਉਦੋਂ ਵੀ ਗਲਤ ਸੀ, ਔਰ ਅੱਜ ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰ ਰਹੀ ਹਾਂ, ਮੈਂ ਤਾਂ ਵੀ ਗਲਤ ਹਾਂ। ਕਿਹਨੂੰ ਦੋਸ਼ ਦੇਵਾਂ, ਖੁਦ ਨੂੰ ਜਾਂ ਹਾਲਾਤਾਂ ਨੂੰ?
ਮੇਰੀ ਕਿਸਮਤ ਨੇ ਕੀਤਾ ਮਜ਼ਾਕ ਮੇਰੇ ਨਾਲ, ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ, ਲੱਗਦਾ ਸੀ ਪਿਆਰ ਵਟੇ ਪਿਆਰ ਕਰੋਂਗੇ, ਪੈਣਾ ਮੇਰੀਆਂ ਦੇ ਵਿੱਚ ਪੈਣ ਤਰੋਂਗੇ, ਵਹਿਮ ਟੁੱਟ ਗਿਆ ਮੇਰਾ ਸਾਥ ਛੁੱਟ ਗਿਆ ਤੇਰਾ, ਪਰ ਜਾ ਕੇ ਵੀ ਨਾ ਰੋ ਸਕੇ, ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ, ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ।